ਉਧਰ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਰਾਜ ਕੁਮਾਰ ਵੀਰਕਾ ਨੇ ਬੀਜੇਪੀ ਪ੍ਰਧਾਨ ਵਿਜੇ ਸੰਪਲਾ ਤੇ ਪਲਟਵਾਰ ਕਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਪਾਰਦਰਸ਼ੀ ਢੰਗ ਨਾਲ ਹੀ ਹੋਣ ਜਾ ਰਹੀਆਂ ਨੇ ਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਸੰਬੰਧੀ ਸੰਪਲਾ ਵੱਲੋਂ ਚੁੱਕੇ ਸਵਾਲਾਂ ਦਾ ਵੀ ਉਹਨਾਂ ਮੋੜਵਾ ਜਵਾਬ ਦਿੱਤਾ। ਦੇਖੇ ਗੁੰਡਾ ਤੰਤਰ ਤੇ ਕੌਣ ਬਲੀਵ ਰੱਖਦਾ ਹੈ ਆਪ ਸਭ ਕੋ ਮਾਲੂਮ ਹੈ ਕਿ 10 ਸਾਲ ਲਗਾਤਾਰ ਗੁੰਡਾ ਤੰਤਰ ਕੋ ਬੜਾਵਾ ਕਿਸਨੇ ਦਿਆ ਔਰ ਜੋ 60 ਗੈਂਗਸਟਰ ਕੇ ਗਰੁੱਪ ਪੈਦਾ ਹੋਏ वो किसने पैदा किए तब सांपला साहब की जुबान क्यों नहीं खुली जब डीजीपी ने कहा था कि 60 से ज्यादा ग्रुप जो है गैंगस्टर के ग्रुप पंजाब में काम कर रहे हैं तब तो ये सांपला साहब को कोई तकलीफ नहीं हुई और हमने कब किसी के ऊपर पर्चा दर्ज नहीं किया हमने किसी के ऊपर ऐसी कोई पॉलिटिकल दुश्मनबाजी की बात नहीं की अगर कोई अजिहा आदमी सामने एक भी आवे ਜਿਹੜਾ ਕਵੇ ਮੇਰੇ ਉੱਪਰ ਕੋਈ ਇਲਜ਼ਾਮ ਨਹੀਂ ਤੇ ਪੁਲਿਸ ਮੈਨੂੰ ਪਰੇਸ਼ਾਨ ਕਰ ਰਹੀ ਹੈ ਤੇ ਉਸ ਪੁਲਿਸ ਅਧਿਕਾਰੀਆਂ ਦੇ ਖਿਲਾਫ ਅਵੱਛ ਕਾਰਵਾਈ ਹੋਏਗੀ।